नमस्कार दोस्तों, आरबी लाइव मीडिया में आपका स्वागत है। अपडेट फाजिल का सहरी है। फाजिल का के गांव सजराना में दो पक्षों में झगड़ा हो गया। दोनों पक्षों द्वारा एक दूसरे पर आरोप लगाए जा रहे हैं। झगड़ा पानी की निकासी को लेकर हुआ बताया जा रहा है, जिसके चलते दोनों पक्षों में ईंटें चली, खींचातानी हुई। देखिए इस प्रकार से यहां पर यह मामला सामने आया है। फाजिल का के गांव सजराना की जनता नगर का यह मामला है। गांव के सरपंच द्वारा भी दोनों पक्षों को समझाने का प्रयास किया गया, लेकिन बात नहीं मानी गई। पुलिस को सूचना देने पर पुलिस भी मौके पर नहीं पहुंची, ऐसी बातें कही जा रही हैं। आपको लाइव कवरेज दिखा रहा हूं, बने रहे मेरे साथ, देखते रहे मेरा चैनल। ਕੀਨਾ ਤੁਹਾਡਾ ਜੀ? ਬਿੰਦਰ ਕੌਰ। ਕਿਹੜੇ ਪਿੰਡ ਤੇ ਰਹਿਣ ਵਾਲੇ? ਸੰਦਰਾਣਾ ਟਾਣੀ ਜਨਤਾ ਨਗਰ। ਕੀ ਮਾਮਲਾ ਹੈਗਾ ਜੀ? ਸਰ ਬੜੇ ਟਾਈਮ ਤੋਂ ਐਵੇਂ ਕਰਦਾ ਆ ਰਿਹਾ, ਬਦਮਾਸ਼ੀ ਕਰਦਾ, ਦਿਨੇ ਪੀ ਕੇ ਸ਼ਰਾਬ ਤੇ ਲੋਕਾਂ ਕਰੇ ਨੇ। ਉਹਦੀ ਬੁੜੀ ਕਰਦੀ ਵੀ ਅੱਗੇ ਨਿਕਲ ਗਈ ਸੀ ਤੇ ਹੁਣ ਵਾਪਸ ਲੈ ਆਉਂਦੀ ਤੇ ਅਗਾਂਹ ਆਂਢ ਗੁਆਂਢ ਗਾਲਾਂ ਕੱਢਦਾ ਕਰੇ, ਲੜਾਈ ਪਾਉਂਦਾ। ਸਾਰਾ ਸ਼ਰੇਆਮ ਕੋਠਿਆਂ 'ਤੇ ਚੜ੍ਹ ਜਾਂਦਾ ਦਿਨੇ ਅਤੇ ਇੱਟਾਂ ਮਾਰਦਾ ਲੋਕਾਂ ਦੇ ਘਰਾਂ 'ਚ। ਠੀਕ ਹੈ, ਸਾਰਾ ਦਿਨ ਰਾਤ ਨੂੰ ਵੀ ਦਿਨੇ ਵੀ ਬਸ ਐਵੇਂ ਗੁੰਡਾਗਰਦੀ ਕਰਦਾ। ਬੱਚੇ ਹੈਗੇ ਨੇ, ਬੱਚਿਆਂ ਤੋਂ ਵੱਜ ਸਕਦੀ ਹੈ। ਇਕੱਲੇ ਘਰੇ ਹੁੰਦੇ ਆ, ਬੰਦੇ ਕੰਮ ਚਲੇ ਜਾਂਦੇ ਨੇ, ਇੱਜ਼ਤ ਸਾਰਿਆਂ ਦੀ ਕੁਝ ਹੁੰਦੀ ਹੈ। ਘਰੇ ਵਾੜਾ ਹੁੰਦਾ ਸ਼ਰਾਬ ਪੀ ਕੇ, ਸਾਨੂੰ ਜਾਣ ਦਾ ਖਤਰਾ ਹੈ ਸਰ। ਪੁਲਿਸ ਨੂੰ ਦਿੱਤੀ ਸੂਚਨਾ? ਪੁਲਿਸ ਨੂੰ ਤਲਾਹ ਦਿੱਤੀ ਸੀ, ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸਰ। ਕੱਲ੍ਹ ਵੀ ਅਸੀਂ ਕਾਫੀ ਵਾਰ ਫੋਨ ਟਰਾਈ ਕੀਤਾ ਸੀ, ਪੈਸੇ ਇੰਨਾ ਹੀ ਕਹਿੰਦੇ ਸੀ ਆ ਰਹੇ ਪਰ ਆਏ ਨਹੀਂ। ਲਿਖਤੀ ਰੂਪ 'ਚ ਦਿੱਤੀ ਦਰਖਾਸਤ ਉਹਨਾਂ ਨੂੰ? ਹਾਂਜੀ, ਲਿਖ ਕੇ ਵੀ ਦਿੱਤੀ ਸਰ। ਕਿਹੜੇ ਪਿੰਡ ਦੇ ਰਹਿਣ ਵਾਲੇ? ਸੰਦਰਾਣਾ। ਕੀ ਮਾਮਲਾ ਹੈਗਾ ਜੀ? ਰਾਤੀ ਜੀ ਪੀ ਕੇ ਬਹੁਤ, ਕਿੰਨੇ ਦਿਨ ਹੋ ਗਏ ਗਾਣਾ ਕੱਢਦਾ ਸੀ, ਅਤੇ ਕੱਲ੍ਹ ਤਾਂ ਬਹੁਤ ਇਹਨੇ ਨੁਕਸਾਨ ਕੀਤਾ ਸੀ, ਬੱਚਿਆਂ ਨੂੰ ਮਸੇ ਬਚਾਇਆ ਹੈ। ਅਤੇ ਮੈਨੂੰ ਤਾਂ ਅਸਲੋਂ ਸਿੱਖਦਾ ਕਿ ਇਹਦੇ ਘਰ ਦੇ ਅੱਗੇ ਗਈ ਰਹੀ, ਅਤੇ ਉਦੋਂ ਵੀ ਸਾਡਾ ਨਾਂ ਵਿੱਚ ਲੈਂਦਾ, ਸਾਨੂੰ ਪਤਾ ਨਹੀਂ ਲੱਗਾ ਸੀ। ਹੁਣ ਅਸਲੋਂ ਇਹ ਕੱਲ੍ਹ ਤਾਂ ਇਹਨੇ ਇੱਦਾਂ ਹੀ ਲਾਹ ਦਿੱਤੀ, ਅਸੀਂ ਬੱਚਿਆਂ ਨੂੰ ਮਸੇ ਛਡਾਇਆ, ਅਤੇ ਮੈਨੂੰ ਤਾਂ ਸਿੱਖਦਾ ਕਹਿੰਦਾ ਇਹਨੂੰ ਮੈਂ ਮਾਰ ਦੇਣਾ ਹੈਗਾ। ਅਤੇ ਬਹੁਤ ਇਹਨੇ ਡਾਂਗਾ ਲੈ ਕੇ ਆਇਆ, ਅਸੀਂ ਤਾਂ ਬਚ ਗਏ ਹਾਂ, ਸਾਡੇ ਬੱਚਿਆਂ ਨੂੰ ਬਚਾਇਆ ਮਸੇ, ਅਤੇ ਬਹੁਤ ਖਰਾਬ ਕਰਤਾ ਹੈਗਾ। ਸਾਨੂੰ ਇਹਨਾਂ ਦੇ ਘਰ ਦੀ ਗੱਲ ਦਾ ਕੋਈ ਪਤਾ ਨਹੀਂ, ਸਾਡੇ ਤਾਂ ਨਜਾਇਜ਼ ਲਾਉਂਦਾ ਗੱਲਾਂ। ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ? ਹਾਂਜੀ, ਇਹਦੀ ਕਾਰਵਾਈ ਕੀਤੀ ਜਾਵੇ, ਕੋਈ ਇਹਦੀ ਇਹਨੂੰ ਪਕੜ ਕੀਤੀ ਜਾਵੇ, ਇਹ ਕੱਲ੍ਹ ਨੂੰ ਕਿਸੇ ਦੇ ਘਰੇ ਮਾਰਨ ਨਾ ਆਵੇ। ਹਾਂ, ਕੀ ਨਾਂ ਤੁਹਾਡਾ ਜੀ? ਅਸ਼ੋਕ ਸਿੰਘ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਸਜਰਾਣਾ ਟਾਣੀ ਜਨਤਾ ਨਗਰ ਜੀ। ਕੀ ਮਸਲਾ ਸਰ? ਸਰ ਇਹ ਮਸਲਾ ਹੈ ਕਿ ਆਂਢ ਗੁਆਂਢਾਂ ਨੂੰ ਨਾ ਗਾਲਾਂ ਕੱਢਦਾ ਪੀ ਕੇ ਡੇਲੀ, ਰੋਜ਼ ਦੀਆਂ ਗਾਲਾਂ ਕੱਢਦਾ, ਗਾਲੀ ਗਲੋਜ਼, ਦਾਰੂ ਨਾਲ ਰੱਜਿਆ ਰਹਿੰਦਾ। ਅਸੀਂ ਬੋਲਦੇ ਨਹੀਂ ਇਸ ਕਾਰਨ ਵੀ ਗਰੀਬ ਗਾਰ ਹੈ ਕੀ ਲੈਣਾ, ਪਰ ਅਸੀਂ ਆਪਣੇ ਕੰਮ ਚਲੇ ਗਏ। ਇਸ ਤੋਂ ਬਾਅਦ ਇਹਨੇ ਆ ਕੇ ਸਾਡੇ ਨਾਲ ਬਹੁਤ ਮਾੜਾ ਸਲੂਕ ਕੀਤਾ, ਘਰ ਦੇ ਬੂਹੇ ਬਾਰੀਆਂ ਤੋੜ ਗਿਆ, ਮੰਮੀ ਰਾਂ ਦੇ ਗਾਲ ਪਿਆ, ਦੀਦੀ ਦੇ ਸੋਟੀਆਂ ਮਾਰੀਆਂ, ਉਹਨਾਂ ਆਂਢ ਗੁਆਂਢ ਮਾਮੇ ਘਰੇ ਗਏ ਚਲੇ, ਬਾਅਦ 'ਚ ਮਾਮੇ ਰਾਂ ਨੂੰ ਡਾਂਗਾ ਮਾਰੀਆਂ, ਇਹਨਾਂ ਸਾਰਾ ਕੁਝ ਕੀਤਾ। ਇਹਨਾਂ ਗਾਲਾਂ ਕਿਉਂ ਕੱਢਦੇ, ਕਿਉਂ ਡਿਸਪਿਊਟ ਚੱਲ ਰਿਹਾ ਤੁਹਾਡਾ? ਗਾਲਾਂ ਇਸ ਕਾਰਨ ਕੱਢਦੇ ਸੀਗੇ ਵੀ ਅਸੀਂ ਥਾਂ ਲਈ ਸੀ ਜਿਹੜੀ, ਇਹਨਾਂ ਕੋਲ ਮੁੱਲ ਇਹਨਾਂ ਦੀ ਨੋਹ ਚਲੀ ਗਈ ਸੀਗੀ, ਕਿਸੇ ਨਾਲ ਚਲੀ ਗਈ ਸੀ, ਅਤੇ ਉਹ ਅਸੀਂ ਥਾਂ ਲਈ ਸੀ, ਇਹ ਸਾਡੇ ਘਰ ਆਏ ਸੀ, 20,000 ਰੁਪਈਆ ਲਿਆ ਸੀ ਇਹਨਾਂ ਥਾਂ ਦਾ, ਅਤੇ ਉਹ ਹੁਣ ਰਜਿਸਟਰੀ ਹੋਈ ਆ, ਸਾਰਾ ਕੁਝ ਹੋਇਆ, ਨੋਟਰੀ ਹੋਈ ਹੋਈ ਆ, ਵਕੀਲ ਦੀ ਸਭ ਕੁਝ ਹੋਇਆ, ਇਹ ਹੁਣ ਸਾਨੂੰ ਕਹਿ ਰਹੇ ਹੋ ਤੁਸੀਂ ਸਾਨੂੰ 20,000 ਰੁਪਈਆ ਚੱਕੋ, ਸਾਨੂੰ ਥਾਂ ਦਿਓ, ਅਸੀਂ ਕਿਸ ਤਰ੍ਹਾਂ ਦੇ ਸਕਦੇ ਹਾਂ ਥਾਂ? ਆਹ ਮਸਲਾ ਹੈ ਜੀ। ਪਿੰਡ ਦੇ ਸਰਪੰਚ ਸਾਹਿਬ ਨੂੰ ਤੁਸੀਂ ਦਿੱਤੀ ਸੂਚਨਾ ਇਹਦੀ? ਹਾਂਜੀ, ਪਿੰਡ ਦੇ ਸਰਪੰਚ ਨੂੰ ਸਾਹਿਬ ਨੇ ਦਿੱਤੀ ਸੀ, ਉਹਨਾਂ ਬਹੁਤ ਵਾਰੀ ਕਿਹਾ ਪਰ ਇਹਨਾਂ ਉਹਨਾਂ ਦੀ ਇੱਕ ਨਹੀਂ ਗੱਲ ਸੁਣੀ। ਦੋ ਵਾਰੀ ਤੂੜੀ ਨੂੰ ਅੱਗ ਵੀ ਲਗਾਈ ਗਈ ਆ, ਫਿਰ ਵੀ ਅਸੀਂ ਨਹੀਂ ਬੋਲੇ ਸੀ ਕਿ ਛੱਡੋ ਰੌਲਾ ਕੀ ਲੈਣਾ ਇਹਨਾਂ ਤੋਂ। ਪੁਲਿਸ ਨੂੰ ਦਿੱਤੀ ਦਰਖਾਸਤ ਫਿਰ? ਹਾਂਜੀ, ਪੁਲਿਸ ਨੂੰ ਤਰਖਾਹ ਦਿੱਤੀ ਹੈ, ਸੁਣਾਈ ਜਮ੍ਹਾਂ ਹੀ ਨਹੀਂ ਕਰ ਰਿਹਾ। ਸਰਪੰਚ ਸਾਹਿਬ ਨੇ ਫੋਨ ਕਰਿਆ ਬਹੁਤ ਵਾਰੀ, ਕਿਹਾ ਅੰਕਲ ਹੋਰੀ, ਪਰ ਉਹਨਾਂ ਦੀ ਜਮ੍ਹਾਂ ਸੁਣਾਈ ਨਹੀਂ ਕਰ ਰਿਹਾ। ਦੋ ਸਰਪੰਚ ਸੀ, ਦੋਨਾਂ ਨੇ ਕਿਹਾ, ਦੋਨਾਂ ਦੀ ਨਹੀਂ ਸੁਣ ਰਿਹਾ। ਨਹੀਂ ਕਰਦੇ ਜਿਹੜੀ ਸਮਾਨ ਦੀ ਤੋੜ ਫੋੜ ਹੋਈ, ਇਹ ਕਦੋਂ ਹੋਈ ਹੈ ਤੁਹਾਡੀ? 3 ਤਰੀਕ ਨੂੰ? ਕੱਲ੍ਹ ਹੋਈ ਸੀਗੀ ਜੀ। ਕਿੰਨੀ? ਕੱਲ੍ਹ 11 ਵਜੇ ਹੋਈ ਸੀ। ਕਿੰਨੀ ਤਰੀਕ ਨੂੰ? ਕੱਲ੍ਹ 26 ਤਰੀਕ ਸੀਗੀ। ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੁਸੀਂ? ਸਾਡੀ ਇਹੀ ਮੰਗ ਹੈ ਕਿ ਸਾਡਾ ਜੋ ਤੋੜ ਫੋੜ ਦਾ ਨੁਕਸਾਨ ਹੈ ਉਹ ਸਾਨੂੰ ਦਿੱਤਾ ਜਾਵੇ, ਇਹਨੂੰ ਸਜ਼ਾ ਦਿੱਤੀ ਜਾਵੇ, ਇਹ ਇਹਨਾਂ ਨੂੰ ਪਿੰਡ 'ਚੋਂ ਕੱਢਿਆ ਜਾਵੇ। ਇਹ ਸਾਰਿਆਂ ਨੂੰ ਗਾਲ ਗਲੋਚ ਕੱਢਦੇ ਆ, ਦਾਰੂ ਪੀ ਕੇ ਡੇਲੀ ਦੇ ਗਾਲਾਂ ਗਲੋਚ ਕੱਢਦੇ ਆ, ਆਂਢ ਗੁਆਂਢ ਨੂੰ ਚੰਗਾ ਨਹੀਂ ਲੱਗਦਾ, ਸਾਰੇ ਇੱਜ਼ਤਾਂ ਵਾਲੇ ਹੈਗੇ ਆ ਜੀ। ਜੀ, ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਜਨਤਾ ਨਗਰ ਸਜਰਾਣਾ ਦੇ ਸਰਪੰਚ ਹੈ ਜੀ। ਕੀ ਮਾਮਲਾ ਹੈਗਾ ਸਰ? ਇਹ ਮਾਮਲਾ ਗਾਲੀ ਗਲੋਚ ਰੋਜ਼ ਹੀ ਕਰਦੇ ਜੀ ਆਪਸ 'ਚ, ਅਤੇ ਬਹੁਤ ਵਾਰੀ ਸਮਝਾਇਆ ਗਿਆ ਜੀ ਬੀਰ ਸਿੰਘ ਨੂੰ, ਪਰ ਆਵਾਜ਼ ਨਹੀਂ ਆਉਂਦਾ।
इन्होंने थाने दरखास्त कराई यार नुकसान नहीं होना सी थाने में भी उन्होंने बेनती की भी तुम आ जाओ इन्हों ले जाओ फड़ के पर पुलिस नहीं आई उस करके नुकसान हो गया इन्हों का जल्ले सिंह का तो हूँ ये बाद बार खिलाफ कार्रवाई की जाए दीप सिंह के गलत बंदा मतलब कुल मिला कभी सर किन्ने घर च दसा जा रहा भी कई घर नुकसान किया किन्ने घर नुकसान किया चार घर च नुकसान किया इन्हें जी कदों की गल है सर कल की गल है जी किन्ने बजे घटना जी ग्यारह बजे की पहला कोई पंचायत वाला भी हुई थोड़ी कोई मैं इन्होंने कह बहुत बार कह चुके जी पर आवाज नहीं आता बंदा सुना आपने किस तरह से पहले पक्ष द्वारा आरोप लगाए जा रहे हैं अब मैं आपको मिलवाने जा रहा हूं दूसरे पक्ष से इनके द्वारा अपनी बात रखी जा रही है आरबीआई मीडिया किसी तरह के आरोपों की पुष्टि नहीं करता है आरबीआई मीडिया आपका अपना चैनल ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਇਸ ਨਰਾਣੇ ਚ ਕੀ ਮਾਮਲਾ ਸਰ ਮਾਮਲਾ ਹੀ ਹੈ ਬਸ ਜਨਾਨੀਆਂ ਦਾ ਕੀ ਜਨਾਨੀਆਂ ਦਾ ਕੀ ਰੋਲਾ ਪੂਰਾ ਨਾਣੇ ਰੋਲਾ ਕੇ ਬਸ ਨੋ ਨੋ ਇਹਨਾਂ ਨੇ ਕਢਾਇਆ ਫਿਰ ਉਹ ਨੂੰ ਵੀ ਚੱਕਰ ਮੋੜ ਆਈਆਂ ਖੜੀਆਂ ਨੂੰ ਇਹ ਨਹੀਂ ਸਰ ਉਹ ਤਾਂ ਕਹਿ ਤੁਸੀਂ ਕਹਿ ਰਹੇ ਨਾਲੀ ਦਾ ਰੋਲਾ ਹੈ ਤੁਸੀਂ ਨਾਲ ਉਹ ਨਾਲੀ ਰੋਲਾ ਹੈ ਪਿੱਛੇ ਕੱਲ ਨਾਲੀ ਰੋਲਾ ਪਾਇਆ ਸੀ ਮਿੱਟੀ ਲਾਉਂਦੀ ਪਈ ਸੀ ਜੀ ਤੇ ਉਹ ਕਹਿ ਰਹੇ ਜਗਦੀਸ਼ ਕੁਮਾਰ ਵੱਲੋਂ ਜਾ ਕੇ ਇੱਟਾਂ ਚਲਾਈਆਂ ਕਿ ਉਹਨਾਂ ਦਾ ਘਰੇ ਸ਼ੀਸ਼ੇ ਤੋੜੇ ਗਏ ਆ ਜਾਂ ਘਰੇ ਸ਼ੀਸ਼ੇ ਤੋੜੇ ਨੇ ਜਗਦੀਸ਼ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਿਹੜੇ ਪਿੰਡ ਦੇ ਰਹਿਣ ਵਾਲੇ ਜਨਤਾ ਨਗਰ ਪਿੰਡ ਕੀ ਮਸਲਾ ਕੀ ਹੈਗਾ ਲੜਾਈ ਨੂੰ ਲੈ ਕੇ ਕੀ ਮਸਲਾ ਤੁਹਾਨੂੰ ਦੱਸੀ ਤੇ ਬੈਠੇ ਨੇ ਸਾਰੇ ਵੀ ਸਰ ਦੱਸੋ ਨਾ ਬੋਲ ਕੇ ਦੱਸੋ ਸਰ ਕੀ ਰੋ ਇਹ ਘਰ ਦੇ ਰੋਲਾ ਪਾਇਆ ਸੀ ਤੇ ਉਹਨਾਂ ਇਹਨਾਂ ਨੂੰ ਗਾਲਾਂ ਗੁਲਾਂ ਕੱਢੀਆਂ ਮੈਂ ਆਇਆ ਤਾਂ ਇੱਟਾਂ ਚਲਾਉਣ ਲੱਗ ਗਿਆ ਮੇਰਾ ਸਿਰ ਪਾੜਦਾ ਨਹੀਂ ਉਹ ਕਹਿ ਰਹੇ ਵੀ ਸਾਡੇ ਘਰ ਆ ਕੇ ਦਾਰੂ ਪੀ ਕੇ ਸ਼ਾਮ ਨੂੰ ਸ਼ਰਾਬ ਪੀ ਕੇ ਔਰ ਸ਼ੀਸ਼ੇ ਸ਼ੀਸ਼ੇ ਟੁੱਟੇ ਪਏ ਮੌਕੇ ਦੇ ਮੌਕਾ ਦੇਖੇ ਗਏ ਕਿ ਮੈਂ ਬਾਅਦ ਜਦੋਂ ਸਿਰ ਪਾਟਾ ਮੈਂ ਸਰ ਜੀ ਕਦੋਂ ਦੀ ਲੜਾਈ ਹੋਈ ਹੈ ਤੁਹਾਡੀ ਇਹ ਕੱਲ ਹੋਈ ਹੈ 10-11 ਦਾ ਟਾਈਮ ਜੀ ਲੜਾਈ ਕਿਸ ਗੱਲ ਨੂੰ ਲੈ ਕੇ ਚੱਲ ਰਹੀ ਤੁਹਾਡੀ ਖਾਲੀ ਕੀ ਖਾਲੀ ਦਾ ਕੀ ਮਸਲਾ ਹੈਗਾ ਜੀ ਖਾਲੀ ਤੋਂ ਥਾਂ ਮੇਰੇ ਮਣੀ ਆ ਰਹੀ ਹੈ ਅੱਛਾ ਨਹੀਂ ਉਹ ਕਹਿ ਰਹੇ ਵੀ ਸਾਡੇ 2-3 ਘਰਾਂ ਜਾ ਕੇ ਨੁਕਸਾਨ ਕੀਤਾ ਇੱਟਾਂ ਚਲਾਈਆਂ ਕਿ ਅੱਗੇ ਵੀ ਡੇਲੀ ਦਾ ਕੰਮ ਇਹੀ ਹੈ ਡੇਲੀ ਦਾ ਕੰਮ ਨਹੀਂ ਸਰ ਜੀ ਸਾਰਾ ਪਿੰਡ ਪਿਆ ਪੁੱਛ ਲਓ ਪੰਚ ਨੂੰ ਦਿੱਤੀ ਸੀ ਤਲਾਕ ਕੋਈ ਸਰਪੰਚ ਨੂੰ ਆਪਾਂ ਆਖਾ ਸੀ ਉਹ ਆਉਂਦਾ ਕੋਈ ਗੱਲ ਨਹੀਂ ਜੇ ਆਪਣੀ ਤੇਰਾ ਕਸੂਰ ਹੋਇਆ ਠੀਕ ਨਾ ਆਪਾਂ ਦਰਖਾਸਤ ਲਾਈ ਦਰਖਾਸਤ ਆਪਾਂ ਉਸ ਦਿਨ ਆਪਾਂ ਫੋਨ ਕੀਤਾ ਸੀ ਮੈਂ ਕਿਹਾ ਇਸ ਤਰ੍ਹਾਂ ਧਮਕੀਆਂ ਦਿੰਦੇ ਆ ਕਿ ਜਨਾਨੀ ਉਹ ਹੈਗੀ ਹੈ ਅਤੇ ਵੀ ਘਰ ਦੇ ਮਿੱਟੀ ਲਾਉਂਦੇ ਮੈਂ ਆਇਆ ਨਹੀਂ ਉਹਨਾਂ ਵੱਲੋਂ ਆਰੋਪ ਲਾਏ ਜਾ ਰਹੇ ਕਿ ਤੁਸੀਂ ਗਾਲਾਂ ਕੱਢੀਆਂ ਉਹਨਾਂ ਨੂੰ ਜਾਂ ਗਲਤ ਬੋਲੇ ਹੋ ਸਰ ਜਨਾਨੀਆਂ ਨੂੰ ਰੋਲਾ ਹੈਗਾ ਤਿੰਨ ਘਰ ਹੈਗੇ ਨੇ ਇੱਕ ਕਹਿੰਦੇ ਜਦੋਂ ਇਹਨੇ ਮੇਰਾ ਸਿਰ ਪਾੜਾ ਉਸ ਤੋਂ ਬਾਅਦ ਮੈਂ ਸ਼ੀਸ਼ੇ ਨਾਲ ਤੋੜੇ ਨੇ ਨਹੀਂ ਸਰ ਅਗਰ ਸਿਰ ਪਾੜਿਆ ਤੁਸੀਂ ਐਡਮਿਟ ਕਿਉਂ ਨਹੀਂ ਹੋਏ ਫਿਰ ਐਡਮਿਟ ਅਸੀਂ ਗਏ ਸੀ ਰਾਤ ਨੂੰ ਨਹੀਂ ਹੋਇਆ ਸੀ ਇਹ ਨਹੀਂ ਹੁੰਦਾ ਸੀ ਕਿੰਨੀ ਸੱਟ ਵੱਜੀ ਤੁਹਾਡੇ ਆ ਵੇਖ ਲਓ ਆ ਵੇਖ ਕੁਛ सुना आपने किस तरह से दोनों पक्षों द्वारा एक दूसरे पर आरोप लगाए जा रहे हैं अब इनमें से कौन सच्चा है और यह कौन झूठा यह तो पुलिस जांच के बाद ही पता चल पाएगा आपको लाइव कवरेज दिखा रहा हूं बने रहे मेरे साथ देखते रहे हमारा चैनल